ਕਿਰਨ ਖੇਰ ਅੱਜ ਭਰੇਗੀ ਨਾਮਜ਼ਦਗੀ ਪੱਤਰ, ਰੋਡ ਸ਼ੋਅ ਕੱਢਿਆ ਜਾ ਰਿਹਾ। ਵੱਡੀ ਖਬਰ ਤੁਹਾਨੂੰ ਲਗਾਤਾਰ ਅਸੀਂ ਵਿਖਾ ਰਹੇ ਹਾਂ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵਿੰਦਰ ਸਿੰਘ ਰਾਵਤ ਅਤੇ ਸੀਐਮ ਮਨੋਹਰ ਲਾਲ ਵੀ ਇਹਦੇ 'ਚ ਸ਼ਾਮਿਲ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਿੰਦੇ ਹਾਂ, ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਪਵਨ ਕੁਮਾਰ ਬਾਂਸਲ ਵੱਲੋਂ 26 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ 29 ਅਪ੍ਰੈਲ ਨੂੰ ਆਪਣੀ ਨਾਮਜ਼ਦਗੀ ਭਰਦੇ ਨਜ਼ਰ ਆਉਣਗੇ। ਅਤੇ ਨਾਮਜ਼ਦਗੀ ਤੋਂ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਵੀ ਵੱਡਾ ਰੋਡ ਸ਼ੋਅ ਕਰਨ ਦੀ ਤਿਆਰੀ 'ਚ ਹੈ, ਜਿਸਦੇ ਲਈ ਪਾਰਟੀ ਆਗੂ ਤਿਆਰੀਆਂ 'ਚ ਜੁਟੇ ਹੋਏ ਨੇ। ਪਰ ਦੂਜੇ ਪਾਸੇ ਜੇ ਭਾਜਪਾ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਅੱਜ ਇੱਕ ਵੱਡਾ ਰੋਡ ਸ਼ੋਅ ਕੱਢਿਆ ਗਿਆ ਹੈ। ਤੁਸੀਂ ਵੇਖ ਸਕਦੇ ਤਸਵੀਰਾਂ 'ਚ ਉੱਤਰਾਖੰਡ ਦੇ ਸੀਐਮ ਵੀ ਮੌਕੇ 'ਤੇ ਮੌਜੂਦ ਨੇ ਇਸ ਗੱਡੀ 'ਚ, ਅਤੇ ਸੰਜੇ ਟੰਡਨ ਵੀ ਭਾਜਪਾ ਦੇ ਸੀਨੀਅਰ ਆਗੂ ਵੀ ਉਹਨਾਂ ਦੇ ਨਾਲ ਮੌਜੂਦ ਨੇ, ਅਤੇ ਕਿਰਨ ਖੇਰ ਅਤੇ ਉਹਨਾਂ ਦੇ ਪਤੀ ਅਨੁਪਮ ਖੇਰ ਵੀ ਮੌਜੂਦ ਨੇ। ਇੱਕ ਵੱਡਾ ਇਹ ਰੋਡ ਸ਼ੋਅ ਕੱਢਿਆ ਗਿਆ, ਅਤੇ ਫਿਲਹਾਲ ਸੀਐਮ ਮਨੋਹਰ ਲਾਲ ਵੀ ਕਿਹਾ ਜਾ ਰਿਹਾ ਕਿ ਰੋਡ ਸ਼ੋਅ 'ਚ ਮੌਜੂਦ ਸੀ, ਪਰ ਫਿਲਹਾਲ ਤਸਵੀਰਾਂ 'ਚ 4 ਮੁੱਖ ਤੌਰ 'ਤੇ ਚਿਹਰੇ ਨਜ਼ਰ ਆ ਰਹੇ ਨੇ, ਉੱਤਰਾਖੰਡ ਦੇ ਸੀਐਮ, ਅਤੇ ਦੂਜੇ ਪਾਸੇ ਭਾਜਪਾ ਉਮੀਦਵਾਰ ਕਿਰਨ ਖੇਰ ਅਤੇ ਉਹਨਾਂ ਦੇ ਪਤੀ ਅਨੁਪਮ ਖੇਰ ਅਤੇ ਨਾਲੇ ਸੰਜੇ ਟੰਡਨ ਨਜ਼ਰ ਆ ਰਹੇ ਨੇ। ਚੰਡੀਗੜ੍ਹ ਵੀ ਇੱਕ ਅਹਿਮ ਸੀਟ ਮੰਨੀ ਜਾ ਰਹੀ ਹੈ, ਅਤੇ ਆਪ 'ਚ ਕਾਂਗਰਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪਾਰਟੀਆਂ ਪੂਰਾ ਜ਼ੋਰ ਲਾਉਂਦੀ ਨਜ਼ਰ ਆ ਰਹੀ ਨੇ। ਪਵਨ ਕੁਮਾਰ ਬਾਂਸਲ ਦੀ ਗੱਲ ਕੀਤੀ ਜਾਵੇ ਤਾਂ 26 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਨੇ, ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ 29 ਅਪ੍ਰੈਲ ਨੂੰ ਆਪਣੀ ਨਾਮਜ਼ਦਗੀ ਭਰਨਗੇ, ਪਰ ਅੱਜ ਫਿਲਹਾਲ ਕਿਰਨ ਖੇਰ ਨਾਮਜ਼ਦਗੀ ਭਰਦੀ ਨਜ਼ਰ ਆ ਗਈ।